ਚੋਲਾ ਸਾਹਿਬ, ਇਹ ਹੁਣ ਕੀ ਤਮਾਸ਼ਾ ਲੱਗਾ ਖੜਾ ਹੈ? ਉਹ ਕਿਹੜਾ ਤਮਾਸ਼ਾ? ਮੈਨੂੰ ਕੋ ਦੱਸੇ ਸੋ ਤਾਂ ਪਤਾ ਲੱਗ ਸੀ। ਹੁਣ ਕੁੜੀ ਤਾਂ ਵਿਰਾਟ ਡਿਮਾਂਡਾਂ ਕੀਤੀ ਖੜਾ ਹੈ। ਹਾਂ ਬਾਉ, ਕਈ ਡਿਮਾਂਡਾਂ ਕੀਤੀ ਖੜਾ। ਭਾਈ ਜੀ, ਡਿਮਾਂਡਾਂ ਇਹੋ ਮੈਂ ਕੀਤੀ ਖਲੋਤਾ, 25,000 ਰੁਪਈਆ ਜੇਬ ਖਰਚੀ, 5 ਤੋਲੇ ਜ਼ੇਵਰ, 10 ਮਰਲਿਆਂ ਦਾ ਹਾਤਾ ਤੇ 10 ਲੱਖ ਰੁਪਈਆ ਉਹ ਮੇਰੀ ਭੈਣ ਦੇ ਨਾਂ ਕਰਵਾਵਣ ਤੇ ਮੈਂ ਹੁਣੇ ਨਿਕਾਹ ਕਰਕੇ ਟੋਰ ਦੇ ਸਾਂ। ਉਹ ਪਹਿਲੂ ਤਾਂ ਇਹੋ ਜਿਹੀ, ਮੈਨੂੰ ਤੂੰ ਕੋਈ ਗੱਲ ਵੀ ਨਹੀਂ ਕੀਤੀ, ਹੁਣ ਯਕਦਮ ਤੂੰ ਡਿਮਾਂਡਾਂ ਕਰਨ ਲੱਗ ਗਈ ਆ। ਇਹ ਮੀਆਂ, ਤੁਸੀਂ ਜੋ ਕੁਛ ਮਰਜ਼ੀ ਸਮਝੋ, ਮੈਂ ਇਹ ਲਿਖ ਪੜ੍ਹਾਈ ਕਰਨੀ ਕਰਨੀ। ਇਹ ਤਾਂ ਕੋਈ ਗੱਲ ਨਾ ਹੋਈ ਤੇਰੀ, ਉਹ ਬਰਾਤ ਬੂਹੇ ਤੇ ਆਈ ਬੈਠੀ, ਹੁਣ ਤੈਨੂੰ ਲਿਖ ਪੜ੍ਹਾਈਆਂ ਯਾਦ ਆ ਗਈਆਂ। ਉਹ ਭਾਈ, ਗੱਲ ਹੈ ਸਿੱਧੀ, ਪਹਿਲੇ ਮੈਨੂੰ ਕਿਸੇ ਗੱਲ ਦਾ ਪਤਾ ਕੋਈ ਨਹੀਂ ਆ, ਹੁਣ ਮੈਨੂੰ ਕਿਸੇ ਗੱਲ ਦਾ ਪਤਾ ਲੱਗਿਆ ਤੇ ਮੈਂ ਇਹ ਤਾਂ ਡਿਮਾਂਡ ਰੱਖੀ ਹੈ। ਜੇ ਇਹ ਡਿਮਾਂਡ ਪੂਰੀ ਕਰਦੇ ਤੇ ਜੀ ਬਿਸਮਿਲ੍ਲਾ, ਅਗਰ ਨਹੀਂ ਤੇ ਵਗ ਜਾਵਾਂ। ਹੁਣ ਚਾਚਾ, ਹੁਣ ਕੀ ਚਾਚਾ? ਮੈਨੂੰ ਦੱਸ ਮੇਰਾ ਪੋਤਰ, ਉਹ ਕਿਹੜੀ ਗੱਲ ਦਾ ਤੈਨੂੰ ਪਹਿਲੇ ਕੋਈ ਨਹੀਂ ਪਤਾ ਤੇ ਹੁਣ ਪਤਾ ਲੱਗਾ ਈ? ਉਹ ਸਾਨੂੰ ਵੀ ਤਾਂ ਦੱਸ ਚਾ। ਓ ਚਾਚਾ, ਮੇਰਾ ਮੂੰਹ ਨਾ ਹੀ ਖੁਲਵਾਵੀਂ ਤੇ ਬਿਹਤਰ ਹੈ, ਤੁਹਾਡੀ ਸਾਰੀ ਬਿਆਦਰੀ ਇਕੱਠੀ ਹੋਈ ਬੈਠੀ, ਤੁਸੀਂ ਹੁਣੇ ਗੰਦਿਆ ਹੋ ਜਾਣਾ। ਮੇਰਾ ਪੋਤਰ, ਬਰਾਤ ਉਂਝ ਉੱਠੀ ਜਾਵਣੀ, ਗੰਦਾ ਤਾਂ ਸੋਵੇਂ ਹੀ ਹੋ ਜਾਵਣਾ, ਤੂੰ ਗੱਲ ਦੱਸ। ਗੱਲ ਇਹ ਚਾਚਾ, ਤੇਰਾ ਪੋਤਰ ਜਿਹੜਾ ਨਾ ਇਹ ਡਕੇਟੀਆਂ ਕਰਦਾ ਹੈ ਤੇ ਡਾਕੂ ਹੈ, ਮੈਂ ਇਸ ਵਜ੍ਹਾ ਤੂੰ ਪੈਣ ਨਹੀਂ ਦਿੰਦਾ ਪਿਆ ਕਿ ਕੱਲ ਨੂੰ ਮੇਰੀ ਪੈਣ ਵਿੱਚ ਚੜ ਦੇ ਸੀ। ਹਾਂ ਚਾਚਾ, ਮੈਨੂੰ ਸ਼ੱਕ ਪਿਆ ਖਲਾ, ਮੁੱਛਾਂ ਦਾ ਚੋਰ ਨਾ ਬੈਠਾ, ਮਾਛੀ ਸਾਰਾ ਕੰਮ ਹੀ ਸਿਪਾਇਆ ਉਹਦੀ ਹੈ ਸ਼ੈਤਾਨੀ। ਸ਼ੌਕੀ? ਹਾਂ ਉਹ ਸ਼ੌਕੀ ਜੀ ਆ। ਕਿਉਂ ਬਾਈ, ਇਹ ਤੈਨੂੰ ਸ਼ੌਕੀ ਗੱਲ ਕੀਤੀ ਹੈ? ਚਾਚਾ, ਮੈਨੂੰ ਭਾਵੇਂ ਕਾਲੇ ਚੋਰ ਕੀਤੀ ਹੈ, ਮੈਨੂੰ ਤੇ ਪਤਾ ਲੱਗ ਗਿਆ ਨਾ, ਮੈਂ ਆਦੀ ਭੈਣ ਦੀ ਰੁਖਸਤੀ ਇਸ ਤਰ੍ਹਾਂ ਨਹੀਂ ਕਰਦਾ, ਮੈਂ ਕਿਸੇ ਤਰੀਕੇ ਨਾਲ ਕਰਸਾ, ਪਹਿਲੇ ਤੁਹਾਨੂੰ ਬੰਨਸਾ, ਉਸ ਬਾਅਦ ਡੋਲੀ ਤੁਹਾਨੂੰ ਤੋੜ ਕੇ ਦੇਸਾ। ਮੇਰਾ ਪੋਤਰੇ, ਤੂੰ ਚੰਗਾ ਨਹੀਂ ਕਰਦਾ ਪਿਆ। ਇਹ ਚੰਗਾ ਹੈ ਜਾਂ ਮਾੜਾ ਹੈ, ਕੱਲ ਨੂੰ ਛੁੱਟ ਛਡਾ ਹੋਵੇ ਨਾ ਤੁਹਾਨੂੰ ਵੀ ਡਰ ਲੱਗੇ। ਨਿਰਾ ਇਹ ਨਹੀਂ ਕਿ ਮੈਂ ਆਦੀ ਭੈਣ ਨੂੰ ਲਿਆ ਕੇ ਤੇ ਮੋੜ ਟੈਨਸ਼ਨ 'ਚ ਲੈ ਕੇ ਉਹਨੂੰ ਬੈਠਾ ਰਵਾਂ। ਉਹ ਭਾਈ ਅਨਸਰ ਸਾਹਿਬ, ਕਿਸੇ ਦੀ ਸੁਣੀ ਸੁਣਾਈ ਤੇ ਨਾ ਲੱਗ, ਬੰਦਾ ਬੁਰਾ ਜ਼ਰੂਰ ਹੁੰਦਾ ਜਦੋਂ ਸ਼ਾਦੀ ਹੋ ਜਾਵੇ ਨਾ, ਉਦੋਂ ਮਿਟ ਜਾਂਦਾ। ਭਾਈ, ਜਿਹੜੀਆਂ ਮੈਂ ਸ਼ਰਤਾਂ ਆਖੀਆਂ ਨਾ, ਉਹ ਚਾਚੀ ਹੋਰੀ ਕਬੂਲ ਕਰ ਲਵੇ ਤੇ ਲੈ ਜਾਵੇ। ਅੱਛਾ, ਹੁਣ ਇਹ ਕਰੋ, ਮੈਂ ਆਦੀ ਬਿਲਾਦਰੀ ਨਾਲ ਸਲਾਹ ਕਰ ਲੈਂਦਾ ਤੇ ਮੋੜ ਤੈਨੂੰ ਦੱਸਣਾ। ਕਰ ਲੈ ਸਲਾਹ। ਭਾਈ, ਐਵੇਂ ਯਾਰ ਤੂੰ ਗੱਲ ਨੂੰ ਲਮਕਾ ਛੱਡਿਆ ਯਾਰ। ਭਾਈ ਜੀ, ਲਮਕਾਇਆ ਨਹੀਂ, ਤੈਨੂੰ ਨਹੀਂ ਪਤਾ, ਮੈਨੂੰ ਪਤਾ ਹੈ ਨਾ। ਚਲੋ ਭਾਈ, ਭੈਣ ਤੇਰੀ ਹੈ। ਚੱਲ ਬੇ ਚਾਚਾ, ਮੈਂ ਗਾਣਾ ਗਾਵਾਂ, ਤੂੰ ਠੇਕਾ ਲਾ। ਮੈਂ ਤੇਰੇ ਦੋ ਮੂੰਹ ਤੇ ਨਾ ਲਾਵਾਂ, ਨਿਰਨੇਹਾ ਢੋਲਕੀ ਬਜਵਾਈ ਜਾਂਦੀ ਹੈ, ਕੋਈ ਰੋਟੀ ਪਾਣੀ ਕਰ ਲਓ। ਜੇ ਲੱਛੂ ਆ ਨਾ ਸਖਾਰੇ ਝਾੜਾ, ਉਸ ਲੱਛੇ ਪੀਣੀਆਂ ਖਾ ਤੇ ਟੂਰਾ, ਹੁਣ ਲਾ ਤੈਨੂੰ ਭੁੱਖ ਲੱਗ ਗਈ ਗਈ ਹੈ। ਬੇ ਚਾਚਾ, ਰੋਟੀ ਦਾ ਸੀ ਕਿ ਬੰਦੋਬਸਤ ਕਰਨਾ, ਅੱਜ ਅੱਗੇ ਤੇ ਸਾਹਮਣੇ ਰੋਟੀ ਦਾ ਬੰਦੋਬਸਤ ਕਰਨਾ, ਕੋਈ ਸਬਰ ਕਰ ਜਾ। ਹਾਂ ਵੀ ਜੱਗਿਆ, ਰੋਟੀ ਤੇਰੇ ਸਾਹਮਣੇ ਖਮੰਦਰ ਕੇ ਤੂੰ ਮੰਗਦੇ ਨੇ ਦਿਖਾ ਲਈਏ। ਨਾ ਨਾ, ਪਿੰਨ ਕੇ ਕਿਉਂ ਖਾਣਾ ਹੈ? ਉਹ ਮੇਰਾ ਸਾਰਾ ਬੱਜਾ ਦਾ ਵਾਂਦਾ ਹੈ, ਉਹ ਮੈਨੂੰ ਲੱਗਦਾ ਰੋਟੀ ਦਾ ਬੰਦੋਬਸਤ ਕਰਦਾ ਵਾਂਦਾ, ਉਹ ਮੇਰੇ ਪਿਓ ਨੂੰ ਹੀ ਸਾਧ ਕੇ ਲੈ ਗਿਆ, ਨਾਲ ਵਿਚੋਲਾ ਵੀ ਗਿਆ। ਜੱਗਾ, ਇਹਨਾਂ ਨੂੰ ਆਖੋ ਕਾਲੇ ਨਾ ਪਵਣ, ਤਸੱਲੀ ਨਾਲ ਪਵਣ, ਉਹ ਰਿਸ਼ਤਾ ਅਸੀਂ ਤੇਰਾ ਕਰਵਾਇਆ, ਸਾਨੂੰ ਪਤਾ ਕਿ ਬੰਦੇ ਕਿਹੜੇ ਚੰਗੇ ਨੇ, ਉਹਨਾਂ ਇਹੋ ਜਿਹਾ ਖਾਣੇ ਦਾ ਬੰਦੋਬਸਤ ਕੀਤਾ ਨਾ ਕਿ ਸਾਰੀ ਜ਼ਿੰਦਗੀ ਤੂੰ ਉਂਗਲੀ ਚੱਟਦਾ ਰਹਿ ਸੀ। ਮੋੜੇ, ਇਸ ਤੋਂ ਚੰਗੀ ਗੱਲ ਕਿਹੜੀ ਆ? ਉਹ ਮੈਂ ਰੋਟੀ ਬਣਦੀ ਵੀ ਮਜ਼ੇ ਨਾਲ ਬਹਿ ਕੇ ਖਾਵਿਆ। ਹਾਂ, ਵੇਖ ਲੈ ਚਾ ਕਿਸੇ ਨੇ ਰੋਟੀ ਖਵਾਈ। ਮਾਛੀਆ, ਤੂੰ ਚੁੱਪ ਕਰਕੇ ਬਾਹ, ਕੰਮ ਨੂੰ ਚਾਹ ਨਾ, ਜਿਸ ਨੂੰ ਮੈਂ ਰੋਟੀ ਪਕਾ ਲਈ ਤੇ ਆਪਾਂ ਨੂੰ ਨਾ ਖਵਾਉਣੀ ਹੈ ਕਿ ਹੋਰ ਕੁੱਤਿਆਂ ਨੂੰ ਸੱਟਣੀ ਹੈ। ਮਸੇਰਾ, ਇੱਕ ਵਾਰ ਉਤਰ ਉੱਠੀ ਵੀ ਨਾ। ਖੈਰ ਹੋਵੇ, ਖੈਰ ਕੇ ਹੀ ਹੋਵੇ, ਇੱਥੋਂ ਕਿਸੇ ਬਰਾਤ ਚ ਆਖਿਆ ਕਿ ਇਹਨਾਂ ਦਾ ਛੋਲ ਡਕੇਟੀਆਂ ਕਰਦਾ ਹੈ। ਮੋੜ ਇਹ ਗੱਲ ਕੀਤੀ ਕਹਿ ਤੇ ਇਹ ਹੁਣ ਕੀ ਆਦਨ? ਓਏ, ਇਹਨਾਂ ਕੀ ਆਖਣਾ, ਉਹ ਆਂਦਨ ਜੀ 5 ਤੋਲੇ ਜ਼ੇਵਰ ਪਾਓ ਸੋਨਾ ਤੇ 25,000 ਜੇਬ ਖਰਚ, ਉਸ ਤੋਂ ਬਾਅਦ 10 ਮਰਲਿਆਂ ਦਾ ਪਲਾਟ ਨਾ ਕਰਾਓ ਕੁੜੀ ਦੇ, ਤੇ ਜੇ ਬਿਲਾ ਵਜ੍ਹਾ ਤਲਾਕ ਦਿਓ ਤੇ 10 ਲੱਖ ਰੁਪਈਆ ਵੀ ਲਿਖਵਾਈਂਦੇ ਨਹੀਂ। ਇਹ ਤਾਂ ਗੱਲ ਕੋਈ ਨਾ ਹੋਈ, ਇਹ ਗੱਲ ਪਹਿਲੂ ਇਹਨਾਂ ਕੀਤੀ ਆਈ ਤੇਰੇ ਨਾਲ? ਪਹਿਲੇ ਗੱਲ ਕੋਈ ਨੀ ਕੀਤੀ, ਆਹ ਵਿਚੋਲਾ ਖੜਾ ਹੈ, ਇਹ ਚਬਲ ਹੀ ਆਪਾਂ ਨੂੰ ਕਾਇ ਨਹੀਂ ਗੱਲ ਕੀਤੀ। ਮੈਂ ਤੁਹਾਨੂੰ ਕਿਵੇਂ ਗੱਲ ਕਰਾਂ ਮੂੰਹ ਜਦੋਂ ਇਸ ਮੌਜੂ ਤੇ ਗੱਲ ਹੋਈ ਨਹੀਂ, ਜਿਤਨਾ ਤੱਕ ਮੈਨੂੰ ਸ਼ੱਕ ਹੈ ਨਾ, ਇੱਥੋਂ ਕਿਸੇ ਸ਼ੈਤਾਨ ਨੇ ਕੀਤੀ ਹੈ। ਆਹ ਜਿਹੜਾ ਬੈਠਾ ਨਾ ਕੋਤਾ ਦਾ ਗੁੱਲਰ, ਇਹਦੇ 'ਚ ਕੋਈ ਰੌਲਾ ਮੈਨੂੰ ਲੱਗਦਾ।
ਓ ਰਾਜਾ ਮੈਂ ਤੇਰੇ ਮੂੰਹ ਦੇ ਉੱਤੇ ਮਾਰਨੀ ਰੱਖ ਕੇ ਮੈਂ ਤੈਨੂੰ ਚੁਗਲੇ ਤੇ ਮਹਿਸੂਸ ਹੋਣਾ ਮੈਨੂੰ ਕਈ ਲੋੜ ਹੈ ਭਰਾ ਦਾ ਚੰਗਾ ਭਲਾ ਹੁੰਦਾ ਪਿਆ ਮੈਂ ਵਿੱਚ ਲਾਤ ਮਾਰਾਂ ਹੋਰ ਮੁੜ ਬਸ਼ੀਰ ਖਾਂ ਕੀਤੀ ਹੈ ਅਮਿਆ ਮੈਂ ਇੱਜ਼ਤਦਾਰ ਬੰਦਾ ਮੈਂ ਕਾਹ ਨਹੀਂ ਕੀਤੀ ਮੈਨੂੰ ਵੇਚਣਾ ਲੈ ਲਓ ਖਾਂ ਸਾਹਿਬ ਮੈਨੂੰ ਵੀ ਪਤਾ ਇਹ ਗੱਲ ਤੋਂ ਨਹੀਂ ਕੀਤੀ ਜਿਹੜਾ ਆ ਬੈਠਾ ਨਾ ਫੂਕਣੀ ਦਾ ਮੂੰਹ ਵਾਲਾ ਇਹਦਾ ਸਾਰਾ ਰੋਲ ਹੈ ਓ ਜੈ ਵੀ ਕੀਤੀ ਹੈ ਸਾਡਾ ਤਾਂ ਬਰਾਦਰੀ ਚ ਨੱਕ ਨਾ ਰਿਹਾ ਨਾ ਅਮਿਆ ਲਿਖ ਕੇ ਦੇ ਇਹਨਾਂ ਨੂੰ ਮੈਂ ਤਾਂ ਲਿਖ ਤੇ ਨਹੀਂ ਦੇਣਾ ਚਾਚਾ ਜੇ ਲਿਖ ਕੇ ਨਹੀਂ ਨਾ ਦਿੰਦੇ ਨੇ ਤੇ ਮੇਰੇ ਸਿਰ ਤੇ ਬਾਹਰ ਨਾ ਬਣ ਕੇ ਇੱਥੇ ਬਾਬੋ ਚੁੱਪ ਕਰਕੇ ਨੀਵੇਂ ਨੀਵੇਂ ਹੋ ਕੇ ਨਿਕਲ ਜਾਓ ਉਹ ਕੀ ਲਾਣਾ ਯਾ ਸਾਡੇ ਤੇ ਹੁਣ ਕੀ ਕਰੀਏ ਉਹ ਚਾਚਾ ਨੰਨਾ ਤੇਰਾ ਅਕਲ ਤਾਂ ਨਹੀਂ ਖਰਾਬ ਉਹ ਵੇਂਦਾ ਤਾਂ ਪਿਆ ਆ ਤੋੜ ਚਾੜੀ ਨਹੀਂ ਖਰਾ ਤੁਹਾਡਾ ਮੋੜਨ ਦੇ ਕੋਲ ਪੁੱਛੀ ਜਾਣਾ ਵੀ ਕੀ ਕਰਨਾ ਕੋਈ ਗੱਲ ਨਹੀਂ ਚਾਚਾ ਨੰਨਿਆ ਇਹ ਨਹੀਂ ਨਾ ਡੋਲੀ ਦਿੰਦੇ ਕਿ ਆਪਾਂ ਐਵੇਂ ਰਹਿ ਨਹੀਂ ਸਕਦੇ ਹੁਣ ਮੇਰੀ ਵੀ ਜ਼ਿੱਦ ਦੇ ਇਸੇ ਚਾਕ ਦੇ ਵਿੱਚੋਂ ਮੈਂ ਤੈਨੂੰ ਰਿਸ਼ਤਾ ਲੈ ਕੇ ਦੇਸਾਂ ਓਏ ਮੇਰੀ ਗੱਲ ਸੁਣ ਲੈ ਰਾਜਿਆ ਓ ਤੂੰ ਖਾਚੇ ਜ਼ਮਾਨੇ ਦੀ ਸਾਨੂੰ ਬੇਇੱਜ਼ਤ ਕੀਤਾ ਈ ਇਸ ਟਾਈਮ ਐਂਡ ਮੌਕੇ ਦੇ ਕਿਦੋਂ ਲੈ ਕੇ ਦੇਸਾਂ ਰਿਸ਼ਤਾ ਸਾਨੂੰ ਅਸਾਂ ਇਸ ਚੱਕ ਚ ਅਗਰ ਖਾਲੀ ਬਰਾਤ ਲੈ ਕੇ ਗਏ ਤੇਰਾ ਉਹ ਅਸਰ ਕਰਦਾ ਹੈ ਕਿ ਸਾਰੀ ਜ਼ਿੰਦਗੀ ਤੂੰ ਯਾਦ ਰੱਖ ਸੱਚੇ ਬਾਲਾ ਓ ਮੈਂ ਕਦੋਂ ਖਾਲੀ ਤੁਹਾਨੂੰ ਲੈ ਜਾਣਾ ਹੁਣ ਮੇਰੀ ਨਾ ਜ਼ਿੱਦ ਬਣ ਗਈ ਏ ਮੈਂ ਤੁਹਾਨੂੰ ਇਸੇ ਚੱਕ ਦੇ ਵਿੱਚੋਂ ਰਿਸ਼ਤਾ ਲੈ ਦੇਵਣਾ ਔਰ ਇਸ ਤੋਂ ਸੋਹਣੀ ਛੁਵੇ ਰੋਸੀ ਅਭੀ ਅਭੀ ਔਰ ਖੜੇ ਪੈਰਾਂ ਤੇ ਤੁਸੀਂ ਜਾ ਕੇ ਟਾਲੀਆਂ ਟ ਪਵੋ ਤੁਹਾਨੂੰ ਹੁਣੇ ਆ ਕੇ ਮੈਂ ਖੁਸ਼ਖਬਰੀ ਦੇਣਾ ਯਾ ਤੇਰੀ ਪਾਹ ਉੱਡ ਜਾਵੇ ਉਹ ਚੰਗੇ ਭਰੇ ਬੰਦੇ ਨੂੰ ਉਹਨਾਂ ਨੂੰ ਬਾਹਰ ਮਿੱਟੀਆਂ ਤੇ ਰੋਲ ਆਈ ਇਹ ਸਾਰੀ ਸ਼ੈਤਾਨੀ ਤੇਰੀ ਕਾਂ ਮੈਂ ਤੇਰੇ ਮੂੰਹ ਦੇ ਉੱਤੇ ਮਰਸਾਂ ਮੈਂ ਤੈਨੂੰ ਅੱਗੇ ਵੀ ਰੋਕਿਆ ਮੇਰੇ ਨਾਲ ਇਹ ਹੁਣ ਗੱਲ ਕੀਤੀ ਮੋੜ ਨਾ ਕਰੀ ਪਿਆ ਮੈਂ ਕਾਹ ਨਹੀਂ ਸ਼ੈਤਾਨੀ ਕੀਤੀ ਤੂੰ ਵੀ ਮੇਰੇ ਨਾਲ ਜ਼ਬਾਨ ਸਾਂਝੀ ਨਾ ਕਰੀ ਪਈ ਸਾਂਝੀ ਨਾ ਕਰੀ ਬੰਦਾ ਤੂੰ ਬੜਾ ਨੱਟੀ ਡੱਟੇ ਵਾਲਾ ਤੂੰ ਬੜਾ ਸਾਇੰਸਦਾਨ ਹੈ ਮੈਂ ਤਾਂ ਸਾਇੰਸਦਾਨ ਚੁੱਕ ਤੂੰ ਚੁੱਕ ਓਏ ਆਪਸ ਵਿੱਚ ਕੁੱਤਿਆ ਕੁੱਤੀ ਨਾ ਆਵੋ ਮੇਰਾ ਵਿਆਹ ਕਰੋ ਜਿਹਦੇ ਵੀ ਕਰਨਾ ਨੇ ਮੇਰਾ ਭਰਾ ਤੂੰ ਤਾਂ ਉਹ ਭੋਰਾ ਹੈ ਤੂੰ ਆਦੀ ਬਕਵਾਸ ਬੰਦ ਕਰ ਲੈ ਨੇ ਮੈਂ ਤੇਰੇ ਨਾਲ ਨਿਕਾਹ ਫੇੜ ਲੈਣਾ ਲੱਖ ਲਾਣਾ ਤੇ ਛਿੱਲੇ ਮੱਥੇ ਵਾਲਿਆ ਮੇਰਾ ਐਡਾ ਸੋਹਣਾ ਸਾਈਂ ਹੈ ਮੈਂ ਤੇਰੀ ਬੇੜੀ ਮੋੜਨੀ ਹੈ ਮੋੜ ਉਹਦੇ ਉਹ ਜ਼ਬਾਨ ਮਾਰ ਜਾਂਦਾ ਜੇ ਤੂੰ ਮਾਰ ਜਾਣੀ ਦੱਸੋ ਮੇਰਾ ਕੀ ਕਸੂਰ ਹੈ ਖਾਚ ਜਾਈ ਨਬੇੜ ਵਿੱਚ ਮੇਰਾ ਭਰਾ ਜਿਹੜਾ ਪਾਸੇ ਗੱਲ ਨਿਬੜਦੀ ਹੈ ਮੈਂ ਬੜੀ ਸੋਹਣੀ ਗੱਲ ਨਿਬੜਿਆ ਸਾਂ ਇਹੋ ਜੀ ਗੱਲ ਨਿਬੜਿਆ ਸਾਂ ਅਨਸਰ ਉਹਦੇ ਵੀ ਅੱਖੀ ਖੋਲ ਜਾਸੇ ਓ ਚੱਲ ਬਾਈ ਇੱਥੇ ਰੋਲਾ ਨਾ ਪਾ ਤੇ ਇਹਨਾਂ ਨੂੰ ਲੈ ਕੇ ਨਿਕਲਦਾ ਓ ਓ ਨਾ ਹੋਣ ਵਾਲੇ ਸਾਲਿਆ ਮੇਰੀ ਤਾਂ ਨਿੱਕੀ ਜੀ ਗੱਲ ਸੁਣ ਓ ਸਾਨੂੰ ਐਂ ਵੀ ਖਾਲੀ ਹੱਥ ਨਾ ਗੱਲ ਮੇਰੀ ਗੱਲ ਮੰਨ ਲਿਆ ਸਾਨੂੰ ਕਲੀਨ ਚਾਵਣ ਦੇ ਅਸੀਂ ਨਾਲ ਲਈ ਜਾਈ ਓ ਚੱਲ ਆ ਤੇ ਦਫਾ ਹੋ ਜਾ ਤੁਸੀਂ ਚੱਲੋ ਮੈਂ ਰੋਟੀ ਖਾ ਕੇ ਆਉਂਦਾ ਪਿਆ ਓ ਚੱਲ ਰੋਟੀ ਖਾ ਕੇ ਆਉਂਦਾ ਪਿਆ ਅੱਗੇ ਲਾ ਕੇ ਇਹਨਾਂ ਦੇ ਨਾਲ ਹੀ ਜਾ ਚਾਚਾ ਤੋਰ ਪੋ ਗੰਦੇ ਜੇ ਬੰਦੇ ਨੇ ਕਿਤੇ ਮਰਦੇ ਨੇ ਉਤਨਾ ਸਾਹਿਬ ਹਾਂ ਹਾਂ ਉਸ ਕਾਲੇ ਧਰੇ ਆਪਨ ਫਸਾ ਤਾਂ ਕੁਲੱਲਾ ਛੱਡਿਆ ਹੁਣ ਕੀ ਕਰਸਾਂ ਹੁਣ ਕੀ ਕਰਨਾ ਬੇਗਮ ਜੀ ਇਸੇ ਪਿੰਡ ਚ ਨਾਲ ਦਾ ਘਰ ਹੈ ਉੱਥੇ ਇੱਕ ਬੜੀ ਸੋਹਣੀ ਛੂਹਰ ਬੈਠੀ ਹੈ ਆਪਾਂ ਜਾ ਕੇ ਉਹਨੂੰ ਵੇਖ ਲੈਣਾ ਅਗਰ ਆਪਣੇ ਪਾਸ ਆ ਗਈ ਤਾਂ ਆਪਾਂ ਇੱਧੇ ਉਹਨਾਂ ਦਾ ਰਿਸ਼ਤਾ ਬੀੜ ਦੇਣਾ ਉਹ ਕਿਹੜੇ ਤੇਰੇ ਨਾਲ ਮਸੇਰ ਦਾ ਘਰ ਹੈ ਜਿੱਥੇ ਰਿਸ਼ਤਾ ਉਹਨਾਂ ਦਾ ਬੀੜੂ ਹੈ ਉਹ ਸ਼ਬਾਜ਼ ਜੀ ਦੀ ਭੈਣ ਬੈਠੀ ਹੈ ਉਸ ਮੈਨੂੰ ਫੋਨ ਕੀਤਾ ਹੈ ਉਸ ਆ ਕੇ ਬੂਤਣਾ ਕੋ ਸੋਹਣਾ ਜਿਹਾ ਘਰ ਵੇਖ ਕੇ ਨਾ ਮੇਰੀ ਭੈਣ ਦਾ ਰਿਸ਼ਤਾ ਕਰਚਾ ਆਪਾਂ ਇਹ ਕਰੇ ਨਾ ਜੱਗੇ ਦੇ ਪਿਓ ਨੂੰ ਬਾਦੇ ਵੀ ਖਾ ਲਿਸਾਂ ਪਹਿਲੂ ਆਪਾਂ ਉਹਨੂੰ ਨਿਗਾ ਮਾਰ ਲੈਣਾ ਜੇ ਆਪਣੇ ਪਾਸ ਆ ਗਈ ਤਾਂ ਠੀਕ ਹੈ ਨਹੀਂ ਤਾਂ ਜਵਾਬ ਦੇ ਦਿਸਾਂ ਪਾਸ ਆਵਣ ਨੂੰ ਤੂੰ ਛੱਡ ਉਹ ਜੀ ਵੀ ਹੈ ਨਾ ਇਹਨਾਂ ਦੇ ਹੱਥ ਚ ਉਹਦੀ ਬਾਹ ਦੇ ਕੇ ਇਹਨਾਂ ਨੂੰ ਆਪਣੇ ਮਗਰੂ ਲਾ ਨਹੀਂ ਤਾਂ ਬੜੀ ਵੱਡੀ ਬਦਨਾਮੀ ਲੱਗ ਜਾਸੀ ਤੇ ਲੋਕਾਂ ਆਖਣਾ ਇਹ ਤਾਂ ਰਿਸ਼ਤੇ ਵੀ ਦੋ ਨੰਬਰ ਕਰਾਈਂਦੇ ਨੇ ਤੇ ਬਦਨਾਮੀਆਂ ਲਵਾਈਂਦੇ ਨੇ ਅਸੀਂ ਤਾਂ ਇਹਨਾਂ ਨੂੰ ਰਿਸ਼ਤੇ ਦਾ ਵੀ ਨਹੀਂ ਆਨੇ ਆ ਤੁਸੀਂ ਦੋਵੇਂ ਸਲਾਣੀ ਮਰੇ ਜਿਵੇਂ ਮਰਜ਼ੀ ਸਲਾਮਾ ਕਰ ਲਓ ਜਿੰਨਾ ਤੀਕਰ ਆਪਣੇ ਨਾਲ ਹੈ ਨਾ ਸ਼ਿਕਾਰੀ ਗੁੱਲਰ ਸ਼ੋਕੀ ਉਹਨਾਂ ਦੀ ਕਿਹੜਾ ਰਿਸ਼ਤਾ ਉਹਨੇ ਕੋਈ ਨਹੀਂ ਆਉਣ ਦੇਣਾ ਨੇ ਇਹ ਤਾਂ ਮੱਛੀ ਸਾਡੇ ਨੱਕ ਤੇ ਲੜ ਗਿਆ ਇਹ ਤਾਂ ਸਾਡੇ ਨਾਲ ਹੀ ਮੁਖਾਲਫਤ ਕਰਦਾ ਪਿਆ ਜਿਵੇਂ ਮੈਂ ਭੈਣ ਕਟਾਈ ਜਾਏ ਆ ਫालतू ਜ਼ਬਾਨ ਮਾਰ ਕੇ ਬਹਿਣਾ ਤਾਂ ਨਾ ਪੜ ਉਹ ਸੁਣ ਲਿਆ ਨਾ ਤੇ ਯਾ ਤੇਰਾ ਸਿਰ ਪਾੜ ਚੜਨਾ ਤੇ ਯਾ ਤੋਂ ਉਹਦਾ ਸਿਰ ਪਾੜ ਚੜਨਾ ਆਪਾਂ ਲੜੇ ਦੇ ਪਿਓ ਨਾਲ ਗੱਲ ਕਰਕੇ ਉਹਨਵਾਨੇ ਕਿ ਮੀਆਂ ਇਹਨੂੰ ਆਸੇ ਪਾਸੇ ਰੱਖੋ ਜੇ ਸਾਡੇ ਕੋਲ ਰਿਸ਼ਤਾ ਕਰਵਾਉਣਾ ਹੀ ਨੇ ਤਾਂ ਹਾਂ ਐਵੇਂ ਕਰਸਾਂ ਆਪਾਂ ਸ਼ਬਾਜ਼ ਜੀ ਨੇ ਹੇਠ ਨਿਉ ਤੀਆਂ ਲਾ ਕੇ ਨਾ ਉਹਨ ਰਿਸ਼ਤੇ ਦੇ ਪਾਰ ਆਪਾਂ ਮਨਾਵਣਾ ਸ਼ਬਾਜ਼ ਜੀ ਨੂੰ ਤਾਂ ਮੈਂ ਹੀ ਗੇੜੇ ਹੇਠ ਦੇ ਲੈਸਾਂ ਜੀ ਹੁਣ ਕਿਦੋਂ ਵਗਾ ਅੰਨੇ ਬੰਨੇ ਲੱਗੀ ਤਾਂ ਮੈਂ ਲੱਗਦੇ ਭੈਂਟ ਹੋਰ ਆਏ ਮੈਂ ਚੰਗਾ ਨਹੀਂ ਕੀਤਾ ਰਾਜੇ ਨਾਲ ਇਹਨੂੰ ਮੈਂ ਬਣਾ ਲੈਣਾ ਪਾ ਗਿਰਿਸ਼ਤਾ ਕਰਾਵਣ ਵਾਲੀ ਨਾਲੇ ਛਾਪਾ ਹੀ ਪਵਾ ਲੈਣਾ ਰਿਸ਼ਤਾ
Hey.
ਹਾਏ ਹਾਏ ਕਿੱਡੀ ਸੋਹਣੀ ਹੈ, ਉਹ ਮੇਰੀ ਤਾਂ ਹੁਣ ਤੇਰੇ ਤੇ ਨਿਗੇ ਪਈ ਹੈ, ਮੈਂ ਸੁਬਾ ਦਾ ਐਵੇਂ ਖੱਜਲ ਹੁੰਦਾ ਵਾ ਨਾ। ਹਟ ਤੂੰ ਕੋਈ ਨਹੀਂ, ਤੂੰ ਜੰਗ ਦਾ ਗੱਭਰੂ। ਸੁਣਨੀ ਆ, ਇਹ ਤਾਂ ਰਾਜੇ ਦੀ ਬਹਿਨ ਲਾੜੇ ਨਾਲ ਗੋਟੀ ਫੇਟ ਕਰਦੀ ਪਈ, ਆਪਾਂ ਤੇ ਇਹਨਾਂ ਨੂੰ ਜ਼ਲੀਲ ਕਰਾਵੇ ਨਾ। ਚੁੱਪ ਕਰ, ਇਹਦੇ ਆ ਕੇ ਮੇਰੀ ਗੱਲ ਸੁਣ। ਚੱਲ ਲੈ ਮੀਆਂ, ਆ ਮਾਛੀ ਤੇ ਮਛਾਣੀ ਦੇ ਉੱਠ ਕੇ ਗਿਆ ਨਾ ਨਵਾਂ ਚਾਂ ਚੜਾ ਸਣ। ਓਏ ਇਹਨਾਂ ਨੂੰ ਦਫਾ ਹੋਵਣ ਦੇ, ਐਦੇ ਪਿਆਰ ਦੀਆਂ ਤਾਰਾਂ ਜੁੜਦੀਆਂ ਪਈਆਂ, ਪਹਿਲੇ ਇਹ ਤੇ ਜੋੜ ਲੈ। ਮੈਂ ਸਦਕੇ ਕਰਾਂ, ਤੱਲੇ ਕਿਉਂ ਨੱਚਦਾ ਨੱਚਦਾ ਬੈ ਰਹੀ ਤੂੰ? ਨਾ ਨਾ, ਮੈਂ ਤੇਰੇ ਗਿੱਟਿਆਂ 'ਚ ਬਾਸਾਂ, ਗੋਡਿਆਂ 'ਚ ਬਾਸਾਂ, ਜ਼ਿੰਦਗੀ 'ਚ ਬਾਸਾਂ, ਥੱਲੇ ਕਿਉਂ ਬਾਸਾਂ? ਉਹ ਕਿਵੇਂ ਸਦਕੇ ਲਾ ਆਉਂਦਾ ਇਹ ਲਾੜਾ ਤਾਂ ਰਾਜੇ ਦੀ ਭੈਣ ਨਾਲ ਗੋਟੀ ਫੇਟ ਕੀਤੀ ਜਾਂਦਾ। ਤੇ ਚੰਗੀ ਗੱਲ ਹੈ ਨਾ, ਆਪਾਂ ਦੋਵੇਂ ਹਲਾ ਸ਼ੇਰੀ ਦੇ ਵੀਏ, ਚੰਗਾ ਕਰਦਾ ਪਿਆ ਉਹਨਾਂ ਨਾਲ ਲੈਣ ਸਿੱਧੀ ਕਰਦਾ ਪਿਆ ਤੇ ਉਹਨੂੰ ਨਸਾ ਕੇ ਕਿਦਾਂ ਲੈ ਜਾਸੀ। ਹਾਂ ਇਹ ਵੀ ਗੱਲ ਤੇਰੀ ਸਹੀ ਹੈ, ਆਪਾਂ ਜਾ ਕੇ ਚਾਕੇ 'ਚ ਗੱਲ ਹੁਲੀਸਾਂ ਹੈ ਬਈ, ਜਿਹਦੇ ਭੂਤ ਨੇ ਰਿਸ਼ਤਾ ਕਰਾਇਆ ਨਾ ਉਦੋਂ ਲਾੜੇ ਸਾਹਿਬ ਜਵਾਬ ਦੇ ਦਿੱਤਾ ਤੇ ਭੂਤਰੇ ਦੀ ਬਹਿਣ ਕੱਢ ਕੇ ਲੈ ਗਿਆ। ਮੈਂ ਆਨੀ ਚੱਸਾਂ ਬਾਜਾ ਸਿੰਘ ਸ਼ੌਕੀ ਕੰਮ ਪੱਟੀ ਆ। ਹਾਂ ਹਾਂ, ਮੇਰਾ ਨਾਮ ਵੀ ਸ਼ੌਕੀ ਹੈ, ਮੈਂ ਵੀ ਹਰ ਪਾਸੋਂ ਭੂਤਨਾ ਦਾ ਸਿਰ ਨਹੀਂ ਵਾਵਣਾ ਹੈ ਤੇ ਮੈਂ ਤੇਰੇ ਨਾਲ ਆ। ਚੱਲ ਮੋੜ ਲਾੜਾ ਸਾਹਿਬ, ਆਹ ਇੱਕ ਮਿੰਟ ਆ ਕੇ ਮੇਰੀ ਸਾਈਡ ਤੇ ਗੱਲ ਤਾਂ ਸੁਣਿਆ। ਆਜੋ ਆਜੋ। ਹਾਂਜੀ ਬਾਈ ਜਾਨ, ਕਿਹੜੀ ਗੱਲ ਕਰੂ ਨਾ ਕਰੋ? ਗੱਲ ਤੇਰੇ ਨਾਲ ਮੈਂ ਇਹ ਕਰੂੰਗਾ ਬਈ, ਜਿਹਦੇ ਤੂੰ ਬਰਾਤ ਲੈ ਕੇ ਆਇਆ ਹੈ ਉਹ ਤਾਂ ਤੈਨੂੰ ਰਿਸ਼ਤਾ ਦੇਂਦੇ ਨਹੀਂ ਪਏ। ਹਾਂ, ਤੇ ਜਿਹਦੇ ਭੂਤਨਾ ਸਾਹਿਬ ਤੈਨੂੰ ਲਾਰਾ ਲਾ ਕੇ ਗਿਆ ਬਈ, ਬਚਾ ਕੀ ਤੂੰ ਹੁਣੇ ਤੈਨੂੰ ਛੋਹਰ ਲੈ ਦੇਣਾ। ਹਾਂ, ਅਸੀਂ ਕੋਈ ਯਕਦਮ ਛੋਹਰ ਦਿੰਦਾ ਹੈ ਜੀ, ਹੁਣ ਆਪਦੇ ਪਿੰਡ ਹੀ ਸਿਰ ਚਾਹ ਕੇ ਟੁਰਨਾ ਹੈ। ਆਹ ਜਿਹੜੀ ਭੂਤਨੇ ਦੀ ਬਹਿਣ ਨੈਣ ਹੈ, ਜਿਹਦੇ ਨਾਲ ਲੈਣ ਫਿੱਟ ਕੀਤੀ ਖਾਣਾ, ਇਹਦੇ ਤੇ ਪੱਕਾ ਹੋ ਜਾ ਹੁਣ ਆਖ ਮੈਂ ਲੈਣੀ ਹੀ ਆ। ਮੇਰੇ ਤੇ ਸਹਿਚੇਬ ਦੀ ਦਿਲ ਨੇ ਖੁੱਬੀ ਖਲੋਤੀ, ਮੈਨੂੰ ਇਹ ਦੱਸ ਤੂੰ ਮੇਰੇ ਨਾਲ ਹੈ? ਮੈਂ ਜਨਾਬ ਤੇਰੀ ਕੰਧ ਤੇ। ਬਸ ਠੀਕ ਹੈ, ਅਗਲਾ ਕੰਮ ਮੈਂ ਨਿਬੇੜਨਾ ਤੇ ਪਿਛਲਾ ਤੂੰ ਨਿਬੇੜ, ਮੈਂ ਸੰਭਾਲ ਲੈ। ਬਸ ਆ ਜਾ ਮੋੜ। ਚੱਲ ਉਹ ਮਸੇਰਾ ਨਾ ਪਰੇਸ਼ਾਨ ਹੋ, ਰੱਜ ਗਈ ਹੋਇਆ ਨਾ, ਕੋਈ ਨਾ ਕੋਈ ਹੱਲ ਕਰਕੇ ਹੀ ਅਮਸੀ। ਓਏ ਉਹ ਤੇ ਹੱਲ ਪਤਾ ਨਹੀਂ ਹੋ ਸੀ ਕਿ ਨਾ ਹੋ ਸੀ, ਪਿੰਡ 'ਚ ਮੈਂ ਕੀ ਮੂੰਹ ਵਿਖਾਈ ਸਾ, ਸਾਰਾ ਪਿੰਡ ਮੇਰੇ ਤੇ ਲਾਨਤਾਂ ਗਾ ਸੀ। ਅੱਗੇ ਲਾਨਤਾਂ ਤੋਂ ਬਚੇ ਹੋਏ ਮੂੰਹ ਹੈ, ਬਚਪਨ ਦੀਆਂ ਲਾਨਤਾਂ ਪਾਈਆਂ ਹੋਈਆਂ ਨੇ ਇਸ ਮੂੰਹ ਤੇ। ਓਏ ਸ਼ੁਰੂ ਤੋਂ ਪੁੱਤ ਨੂੰ ਲਿੱਤਰ ਥੱਲੇ ਰੱਖਿਆ, ਨਾ ਕਰਤੂਤ ਕਰਨ ਦੇ ਵਿਆਹ ਤੇ ਨਾ ਅੱਜ ਰਿਸ਼ਤਾ ਬਣੀ ਪਿਆ। ਉਹ ਮੈਨੂੰ ਕੋਈ ਨਹੀਂ ਪਤਾ, ਮੇਰਾ ਵਿਰਾ ਵਿੱਚੇ ਵਿੱਚੇ ਚੋਰੀਆਂ ਡਕੇਟੀਆਂ ਨੂੰ ਲੱਗੋ ਆ, ਤੇ ਇੱਥੇ ਪਤਾ ਨਹੀਂ ਕਹੇ ਆ ਤੇ ਦੱਸਿਆ ਜਾ ਇਹਨਾਂ ਨੂੰ। ਉਹ ਬਾਈਆ ਸਿਆਣੇ ਸਹੀ ਆ ਦੇਣ, ਜੰਗਲ ਨੂੰ ਲੱਗੀ ਅੱਗ ਤੇ ਮੂੰਹ ਚੋਂ ਨਿਕਲੀ ਗੱਲ ਦੂਰ ਤਾਈਂ ਫੈਲ ਪੈਂਦੀ ਹੈ, ਤੇ ਤੇਰਾ ਪੁੱਤਰ ਤੇ ਏਡਾ ਵੱਡਾ ਕਰਤੂਤੀ ਹੈ, ਇਹ ਭਲਾ ਕਰਤੂਤ ਉਹਦੇ ਲੁਕ ਸਕਦੇ ਹਨ? ਦੁਆ ਕਰ ਕਈ ਲੱਭ ਜਾਵੇ, ਭਾਵੇਂ ਤਲਾਕ ਹੋਈ ਹੋਈ ਹੋਵੇ ਤੇ ਭਾਵੇਂ ਉਹਦਾ ਖਾਵੇਂ ਤੇ ਮੋਇਆ ਹੋਵੇ, ਇਹ ਜਿਹੜਾ ਲੇੜੇ ਦੇ ਮੂੰਹ ਵਾਲਾ ਚੁੜੜਾ ਬੈਠਾ ਨਾ, ਇਹ ਚੁੜੜੇ ਨੂੰ ਮੈਂ ਪਿੰਡ 'ਚ ਵਿਆਹ 'ਤੇ ਲਿਜਾਵਾਂ ਤੇ ਮੇਰੀ ਪਿੰਡ 'ਚ ਸੱਤ ਬਣ ਸੀ। ਬਸ ਸਬਰ ਕਰ, ਆ ਜਾਂਦਾ ਨਾ ਰਾਜਾ ਤੇ ਪਤਾ ਲੱਗ ਪੈਂਦਾ। ਹੇ ਸ਼ੁਕਰ ਹੈ ਬੋਤਨਾ, ਮੈਨੂੰ ਤਾਂ ਹੁਣ ਸੁੱਖ ਦਾ ਸਾਹ ਆਇਆ ਜੋ ਇਹਦੇ ਰਿਸ਼ਤੇ ਲੁਹਾ ਹੋ ਗਏ। ਹੁਣ ਤੁਸੀਂ ਇੰਜ ਕਰੋ, ਬਰਾਤੀਆਂ ਨੂੰ ਸੱਦ ਲਵੋ ਤੇ ਇੱਥੇ ਜੱਟ ਨਾਚਾ ਟਾਪਾ ਕਰਾ ਕੇ ਤੇ ਕੁੜੀ ਦਾ ਨਿਕਾਹ ਕਰਾ ਕੇ ਨਾ ਤੇ ਡੋਲੀ 'ਚ ਪਾ ਕੇ ਟੋਰ ਛੱਡੋ। ਪਰ ਡੋਲੀ 'ਚ ਪਾ ਕੇ ਕਿਵੇਂ ਟੋਰਨੀ ਹੈ, ਤੇ ਉਹਨਾਂ ਨੂੰ ਕਿਹੜੇ ਮੂੰਹ ਨਾਲ ਸੱਦ ਕੇ ਲਾਇਆ ਜੇ, ਉਹ ਕੁੜੀ ਤਾਂ ਅੰਨੀ ਹੈ। ਹਾਂ ਬੇਤਰੀਕਿਆ, ਤੂੰ ਤਾਂ ਵੈਸੇ ਹੀ ਬੁੰਦਲੀ ਜਾ ਖੜੋ, ਤਾਂ ਮੇਰੇ ਕੋਲ ਇਸ ਕੰਮ ਦਾ ਹੱਲ ਹੈ। ਆਪਾਂ ਇਹ ਕਰੀ ਉਹਨਾਂ ਨੂੰ ਡੋਲੀ 'ਚ ਗੱਤ ਕੇ ਦੇ ਛੱਡਸਾਂ, ਜੇ ਅਗਾਂ ਉਹਨਾਂ ਨੂੰ ਪਤਾ ਲੱਗ ਗਿਆ ਤੇ ਆਪਾਂ ਸਾਰੇ ਰਾਹ ਸ਼ੋਦੀ ਰੋਂਦੀ ਆਈਏ ਤੇ ਉਹਦੇ ਅੱਖੀ ਦਾ ਨੂਰ ਚਟੀਜ ਗਿਆ। ਹਾਂ ਇਹ ਤੇਰੀ ਗੱਲ ਸਹੀ ਹੈ, ਇਹ ਜੱਕ ਇਵੇਂ ਹੀ ਲੱਗਣਾ ਤੇ ਸ਼ਬਾਜ਼ੀ ਨਾਲ ਆਪਾਂ ਸਮਝਾ ਦੀ ਸਾਹਿਬ, ਇਹ ਨਾ ਤੂੰ ਆਖੀ ਮੇਰੀ ਭੈਣ ਅੰਨੀ। ਹਾਂ ਕਮਲੇ ਆ, ਸ਼ਬਾਜ਼ੀ ਭਲਾ ਇਹ ਗੱਲ ਕਰਦਾ ਹੈ, ਉਹ ਤਾਂ ਸ਼ੁਕਰ ਕਰਦਾ ਪਿਆ ਵੀ ਕਿਸੇ ਨਾ ਕਿਸੇ ਪਾਸੇ ਮੇਰੀ ਭੈਣ ਅੜਤਨੇ ਲੱਗਦੀ ਪਈ। ਹਾਂ ਕਿਹੜੀਆਂ ਸਰਫੀਆਂ ਲਵਣ ਗਿਆ ਹੈ ਜੋ ਅਜੇ ਤਾਈਂ ਨਹੀਂ ਆਇਆ, ਬਿਗਾਨੀ ਛੋਲਾ ਤੇ ਬਾਹਰ ਨਾਲ ਵਗ ਗਿਆ ਹੈ। ਫੌਜੀ ਚੰਗਾ ਹੈ, ਉੱਥੇ ਆ ਰਹੇ ਲੱਗੇ ਖੜਾ ਤਾਂ ਛੋਏ ਨਾਲ ਇੱਥੇ ਪਵੇ ਆਣਾ ਤਾਂ ਲੜਾਈ ਹੋ ਪਵੇ ਆਉਂਦੀ ਕਿਸੇ ਨਾਲ ਅੱਗੇ ਪਰੇਸ਼ਾਨ ਆ ਤੇ ਐਵੇਂ ਗੱਲ ਲੱਗਿਆ ਕਿਸੇ ਦੇ, ਤੂੰ ਐਵੇਂ ਟੈਨਸ਼ਨ ਲਈ ਜਾਣਾ ਹੈ। ਮੈਂ ਇਥੋਂ ਨਹੀਂ ਬਰਦਾਸ਼ਤ ਹੁੰਦਾ ਜੋ ਬਿਗਾਨੀ ਧੀ ਭੈਣ ਨੂੰ ਲਾ ਤੇ ਬਾਹਰ ਜਾ ਖੜੋਵੇ, ਜਾ ਚੁਟਕੀ ਬੰਨੀ ਜਾ ਉਹਨੂੰ ਸੱਦ ਲਿਆ।
ਅੱਛਾ ਆਪਾਂ ਜਾਣੀ ਆ। ਉਹਦਾ ਜੇ ਛੋਰੇ ਕੋਈ ਲੋੜ ਨਹੀਂ ਉਹਨਾਂ ਨੂੰ ਸੱਦਣ ਦੀ, ਉਹ ਆਪੇ ਆ ਜਾਸੇ ਨੂੰ, ਉਹਨਾਂ ਨੂੰ ਪਰੇਸ਼ਾਨ ਨਾ ਕਰੋ। ਉਹ ਚਾਚਾ ਆਪਣੇ ਕੋਲ ਤਾਂ ਝੂਠ ਵਜਦਾ ਨਹੀਂ, ਮੈਂ ਸਾਰੀ ਸਟੋਰੀ ਵੇਖ ਕੇ ਖਲਾ, ਤੇਰਾ ਛੂਰ ਜਿਹੜਾ ਬੂਤੇ ਦੀ ਬਹਿਣ ਨੂੰ ਲੈ ਤੇ ਨਸ ਗਿਆ। ਹਾਂ ਓਏ ਕੀ ਆਂਦਾ ਪਿਆ ਏ, ਮੈਨੂੰ ਕੀ ਪਤਾ, ਮੈਂ ਵੀ ਤਾਂ ਤੇਰੇ ਕੋਲ ਹੀ ਬੈਠੀ ਆ, ਵੀ ਉਹ ਕਿੱਥੇ ਗਿਆ ਹੈ। ਲਾਏ ਤਾਂ ਮੋੜ ਹੱਡੂ ਚੰਗਾ ਹੋ ਗਿਆ ਜਿਹੜਾ ਉਹ ਬੂਤਨੇ ਦੀ ਬਹਿਣ ਨੂੰ ਲੈ ਕੇ ਟਾਈਮ ਨਾਲ ਟੇਪ ਗਿਆ। ਹੱਡੂ ਚੰਗਾ ਨਹੀਂ ਹੋਇਆ, ਇਹ ਸਾਰਾ ਕੁਝ ਕਰਨ ਵਾਲਾ ਤੂੰ ਹੈ। ਮੈਂ ਸੁਭਾਂ ਦੀ ਤੈਨੂੰ ਵੇਖਦੀ ਪਈ ਆ, ਕਦੇ ਕਿਸੇ ਨੁੱਕਰ ਚ ਵੜਿਆ ਖਲੋ ਨਾ, ਕਦੇ ਕਿਸੇ ਚ, ਹੁਣ ਤੂੰ ਜੱਗੇ ਨੂੰ ਲੈ ਕੇ ਗਿਆ, ਉੱਤੇ ਤੇ ਮੋੜ ਬਾਅਦ ਚ ਚੰਨ ਚੜਿਆ ਹੈ। ਓ ਲੈ ਭਾਈ ਹਰ ਬੰਦਾ ਉਹਦਾ ਸਾਡਾ ਕਸੂਰ ਕੱਢੀ ਕਲਾ, ਉਸ ਅਸੀਂ ਇਹ ਕਸੂਰ ਕਰ ਬੈਠਿਆ ਜਿਹੜੇ ਕੰਜਰ ਤੁਹਾਡੀ ਬਰਾਤ ਨਾਲ ਆ ਗਿਆ, ਉਹਨੂੰ ਮੈਂ ਸਾਈਡ ਤੇ ਇਸ ਗੱਲ ਨੂੰ ਲਾ ਗਿਆ, ਉਹਨੂੰ ਮੈਂ ਕਿਹਾ ਦਮੇ ਦਾ ਸਾ ਪਾਣੀ ਪੂਣੀ ਕੋਈ ਨਹੀਂ ਪੀਤਾ, ਮੈਨੂੰ 100 ਰੁਪਈਆ ਦੇ, ਮੈਂ ਉੱਥੋਂ ਬਾਜ ਕੇ ਬੋਤਲ ਨਾਪ ਲਵਾਂ, ਉਸ ਅੱਗੇ ਮੇਰੀ ਜੇਬਾਂ ਹੀ ਮੇਲੀਆਂ, ਸਾਈਡ ਤੇ ਲਿਜਾ ਕੇ ਉਹਨੂੰ ਮੈਂ ਇਤਨੀ ਸਿਰਫ ਗੱਲ ਕੀਤੀ ਹੈ। ਹੁਣ ਝੂਠ ਨਾ ਮਾਰ, ਮੈਂ ਸੁਭਾਂ ਦੀਆਂ ਸਾਰੀਆਂ ਗੱਲਾਂ ਸੁਣੀਆਂ। ਅੱਛਾ ਚੰਗਾ ਕੀਤਾ ਮੋੜ ਸਾਡੀ ਲੱਤ ਚਬਨ, ਉਹ ਮੇਰੀ ਤੇ ਗੱਲ ਸੀ ਬੂਤਨਾ ਚਬਲ ਗਈ, ਉਹ ਮੇਰੀ ਤੇ ਗੱਲ ਸੁਣ, ਇਹ ਤੇ ਹੁਣ ਪੂਤਰਾ ਕਰੇ ਸੀ ਪਰਚਾ ਤੇ ਪੁਲਸਾਂ ਦੇ ਡਾਲੇ ਤੇ ਕੁੱਟ ਕੁੱਟ ਤੇ ਮੈਂ ਤਾਂ ਅੱਗੇ ਵੀ ਬਾਹਰ ਰੜੀ ਕਰ ਦਿੱਤੀ ਹੈ ਪੁਲਸ ਤੇ। ਚਾਚਾ ਐਡਾ ਗੈਰਤ ਵਾਲਾ ਪੁੱਤਰ ਕੋਈ ਨਹੀਂ ਹੁੰਦੀ, ਉਹਦੀ ਗੈਰਤ ਮਰੀ ਹੋਈ। ਓਏ ਇੱਕ ਗੱਲ ਤਾਂ ਬੂਤਨਾ ਦੇ ਸ਼ੋਦੇ ਦਾ ਚੰਗਾ ਹੋ ਗਿਆ, ਗਰੀਬ ਬੰਦਾ ਕਿਵੇਂ ਆਪਦੀ ਬਹਿਣ ਦਾ ਦਾਜ ਬਣਾ ਲਿਆ, ਹੁਣ ਦਾਜ ਤੋਂ ਬਗੈਰ ਹੀ ਉਹ ਟੰਗ ਲੱਗ ਗਈ। ਵਿਚਾਰੇ ਗੱਲ ਮੂੰਹ ਸੰਭਾਲ ਕੇ ਕਰ, ਜਿੰਨਾਂ ਦੀ ਧੀਆਂ ਵਗ ਜਾਵਣ ਨਾ ਉਹਨਾਂ ਦੀ ਗੈਰਤ ਬੜੀਆਂ ਉੱਠ ਪੰਦੀਆਂ, ਇਹ ਗੱਲ ਨਾ ਕਰ, ਬਰਲ ਜਦਣ ਬੂਤਨੇ ਦੀ ਗੈਰਤ ਜਾਗੀ ਨਾ ਆਪਾਂ ਰਲ ਮਿਲ ਕੇ ਸਾਂਭ ਲਈ ਸਾਂ। ਓ ਚਾਚਾ ਤੂੰ ਗੈਰਤਾਂ ਨੂੰ ਛੱਡ, ਆਪਾਂ ਹੌਲੀ ਹੌਲੀ ਉੱਤੇ ਤੋਂ ਨਿਕਲੀਏ, ਨਵੇਂ ਸਾਰੇ ਨਾਲ ਤੇ ਆਪਾਂ ਨੂੰ ਕੁਟਾਈ ਖਲਿਓ। ਓਏ ਆ ਚੂਰ ਸਹੀ ਆ ਤਾਂ ਪਏ ਓ ਬਾਈਆ, ਬੱਗੀਆਂ ਧਾੜੀਆਂ ਨਾਲ ਆਪਾਂ ਹੀ ਥਾਣੇ ਡੱਕੇ ਬੈਠੋ ਸਾਂ। ਅੱਛਾ ਨੰਨਿਆ, ਹਾਂਜੀ ਪੁੱਤਰ, ਆ ਰਿਸ਼ਤੇ ਦੀ ਮੈਂ ਗੱਲ ਕੀਤੀ ਆਈ ਨਾ ਤੇ ਉਹ ਜ਼ਿੰਮੇਵਾਰੀ ਮੈਂ ਨਿਭਾ ਲਈ, ਤੇ ਛੇਰ ਐਡੀ ਸੋਹਣੀ ਏ ਹੱਥ ਲਾਇਆ ਮੈਂ ਲਿਆਉਂਦੀ, ਤੇ ਇਨਾਂ ਨੇ ਨਾਲੋਂ ਕਈ ਹਿੱਸੇ ਸੋਹਣੀ ਏ, ਜਿਤਨੀ ਤਾਰੀਫ ਕਰ ਲਓ ਉਹਨਾਂ ਦੇ ਹੁਸਨ ਦੀ ਉਤਨੀ ਹੀ ਥੋੜੀ ਹੈ। ਤੇ ਚਾਚਾ ਉਹਨਾਂ ਤਾਂ ਰਿਸ਼ਤਾ ਖੁਦਾ ਵਾਸਤੇ ਦਿੱਤਾ ਈ, ਬੇਫਿਕਰ ਹੋ ਕੇ ਲੈ, ਕੋਈ ਸ਼ਰਤਾਂ ਸ਼ੁਰਤਾਂ ਨਹੀਂ, ਨਾ ਕੁਛ ਐ ਲੈਣੀ ਤੇ ਨਾ ਦੇਣੀ। ਉਹ ਚਾਚਾ ਕੀ ਗੱਲ ਏ, ਮੈਂ ਤੈਨੂੰ ਰਿਸ਼ਤੇ ਦੀ ਆ ਕੇ ਖੁਸ਼ ਖਬਰੀ ਸੁਣਾਈ ਏ ਤੇ ਤੂੰ ਭੁੱਖੇ ਗਿੱਦੜ ਵਾਂਗ ਮੂੰਹ ਪੱਟੀ ਬੈਠਾ। ਬੂਤਨਿਆ ਉਹ ਮੇਰੇ ਵਾਲਾ ਹਰਾਮ ਦਾ ਤੇਰੀ ਬੈਂਡ ਲੈ ਤੇ ਨਸ ਗਿਆ ਹੈ। ਹਾਂ ਲੈ ਤੂੰ ਪਰਦਾਓ ਮੇਰੀ ਤਰਫੋਂ ਬੱਲਾ ਕਰਨ ਨੂੰ ਲੱਖ ਦੀ ਲੱਖ ਮੁਬਾਰਕ। ਤਨਜ਼ੋ ਮਜ਼ਾ ਸੇ ਭਰਪੂਰ ਵੀਡੀਓਜ਼ ਦੇਖਣੇ ਕੇ ਲੀਏ ਰਚਨਾਵੀ ਟੀਵੀ 2 ਕੋ ਸਬਸਕ੍ਰਾਈਬ ਜ਼ਰੂਰ ਕਰ ਦੇ।